ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਗੱਲ ਕਰ ਲਈਏ ਕੈਨੇਡਾ ਦੇ ਵਰਕ ਪਰਮਿਟ ਬਾਰੇ। ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਕਿ ਸਾਡੇ ਡੇਲੀ ਬੇਸਿਸ ਦੇ ਉੱਤੇ ਵਰਕ ਪਰਮਿਟ ਨਿਕਲਦੇ ਨੇ, ਹੈ ਨਾ। ਸੋ ਅਸੀਂ ਜਿਹੜਾ ਵਰਕ ਪਰਮਿਟ ਹੁਣ ਲੈ ਕੇ ਆਏ ਹਾਂ ਉਹਦੀ ਏਜ ਹੈਗੀ ਆ 20 ਸਾਲ ਤੋਂ ਲੈ ਕੇ ਤੁਸੀਂ 30 40 50 ਜਿੰਨਾ ਕੁ 50 ਸਾਲ ਤੱਕ ਤੁਸੀਂ ਆਪਣਾ ਜਿਹੜਾ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ। ਕੈਨੇਡਾ ਦਾ 10th ਪਾਸ ਚਾਹੀਦੇ ਹੋ, 10ਵੀਂ ਤੋਂ ਬਾਅਦ 2 ਤੋਂ 3 ਸਾਲ ਦਾ ਗੈਪ ਚਾਹੀਦਾ। ਜੇ ਫਾਰਮ ਤੁਹਾਡੇ ਨਾਮ 'ਤੇ ਨਹੀਂ ਵੀ ਹੈਗੇ, ਤੁਹਾਡੇ ਫਾਦਰ ਦੇ ਨਾਮ 'ਤੇ ਹੈਗੇ ਆ, ਤਾਂ ਵੀ ਤੁਹਾਡਾ ਕੇਸ ਅਸੀਂ ਕੈਨੇਡਾ ਦੇ ਲਈ ਪ੍ਰੋਸੈਸ ਕਰ ਦਾਂਗੇ। ਪੈਸੇ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਲਵਾਂਗੇ। ਥੋੜ੍ਹੀ ਬਹੁਤੀ ਡਾਕੂਮੈਂਟੇਸ਼ਨ ਆ, ਲਾਈਕ ਤੁਹਾਡੀਆਂ ਇਨਕਮ ਟੈਕਸ ਰਿਟਰਨ, ਤੁਹਾਡੀ 5-7 ਲੱਖ ਦੀ ਬੈਂਕ, ਤੁਹਾਡੇ ਫਾਦਰ ਦੇ ਜੇ ਫੋਰਮ, ਪ੍ਰੋਪਰਟੀ ਕਿਸ ਦੇ ਨਾਮ 'ਤੇ ਹੈ, ਜੇ ਨਹੀਂ ਹੈਗੀ ਤਾਂ ਕੋਈ ਠੇਕੇ ਦਾ ਬਣਾ ਕੇ ਵੀ ਆਪਾਂ ਫਾਈਲ ਦੇ ਵਿੱਚ ਲਾ ਕੇ ਤੁਹਾਡਾ ਵੀਜ਼ਾ ਕਢਵਾ ਦਾਂਗੇ। ਬਹੁਤ ਬੈਸਟ ਰਿਜ਼ਲਟ ਸਾਰੇ ਨੇ। 2 ਸਾਲ ਦਾ ਵਰਕ ਪਰਮਿਟ ਹੈ, ਕਿਸੇ ਕਿਸੇ ਦੇ ਵਿੱਚ 1 ਸਾਲ ਦਾ ਵਰਕ ਪਰਮਿਟ ਹੈ, ਉਸਦੇ ਅਕੋਰਡਿੰਗ ਉਹਦਾ ਰੇਟ ਹੈ। ਆਫਟਰ ਵੀਜ਼ਾ ਪੇਮੈਂਟ ਲੈਂਦੇ ਹਾਂ। ਸੋ ਜੇਕਰ ਤੁਸੀਂ ਆਪਣਾ ਕੇਸ ਲਗਵਾਉਣਾ ਚਾਹੁੰਦੇ ਹੋ ਤਾਂ ਜਲਦੀ ਤੋਂ ਜਲਦੀ ਤੁਸੀਂ ਸਾਡੇ ਆਫਿਸ ਆ ਸਕਦੇ ਹੋ। ਜੇਕਰ ਤੁਹਾਡੀ ਏਜ 20 ਤੋਂ 21, 22, 23, 24, 25, 26, 27 ਸਾਲ ਤੱਕ ਹੈ ਤਾਂ ਆਪਣਾ ਵਿਜ਼ਟਰ ਵੀਜ਼ਾ ਅਪਲਾਈ ਬਿਲਕੁਲ ਨਾ ਕਰੋ। ਤੁਹਾਡਾ ਵੀਜ਼ਾ 100% ਰਿਫਿਊਜ਼ਲ ਹੋ ਜਾਊਗਾ। ਜਿਹੜਾ ਇਹ ਸਕੈਮ ਚੱਲ ਰਿਹਾ ਹੈ ਉਹਦੇ ਵਿੱਚ ਕੀ ਹੁੰਦਾ ਕਿ ਕੰਸਲਟੈਂਟ ਤੁਹਾਨੂੰ ਕਹਿੰਦੇ ਨੇ ਤੁਹਾਡਾ ਵੀਜ਼ਾ ਆ ਜਾਊਗਾ, ਤੁਹਾਡੇ ਫਰੈਂਡ ਤੋਂ ਸਪੌਂਸਰ ਕਰਾ ਲਓ, ਤੁਹਾਡੀ ਸਿਸਟਰ ਤੋਂ ਸਪੌਂਸਰ ਕਰਾ ਲਓ, ਤੁਹਾਡੇ ਬ੍ਰਦਰ ਤੋਂ ਕਰਾ ਲਓ। ਇੱਦਾਂ ਦਾ ਕੁਛ ਨਹੀਂ ਹੈਗਾ, ਠੀਕ ਹੈ। ਉਹਨਾਂ ਦੇ ਕੋਲ ਸਿਰਫ ਇੱਕ ਇਨਵੀਟੇਸ਼ਨ ਲੈਟਰ ਹੁੰਦਾ ਜਿਹੜਾ ਉਹ ਬਣਾ ਕੇ ਵਿਚਾਰੇ ਭੇਜ ਦਿੰਦੇ ਨੇ ਕੈਨੇਡਾ ਦੇ। ਸੋ ਬਾਕੀ ਸਾਰੇ ਫਾਈਲ ਪ੍ਰੋਸੈਸ ਇੰਡੀਆ ਤੋਂ ਹੋਣੀ ਹੁੰਦੀ ਹੈ। ਤੁਸੀਂ ਕੀ ਕੰਮ ਕਰਦੇ ਹੋ, ਕਿੰਨੀ ਤੁਹਾਡੀ ਏਜ ਆ, ਵਾਪਸ ਆਉਣ ਦੇ ਰੀਜ਼ਨ ਕੀ ਨੇ, ਜਾਣ ਦਾ ਰੀਜ਼ਨ ਕੀ ਹੈ, A to Z ਸਾਰਾ ਕੁਝ। ਸੋ ਹੱਥ ਬੰਨ ਕੇ ਬੇਨਤੀ ਆ, 20 ਤੋਂ 27 ਸਾਲ ਤੱਕ ਦੇ ਕੋਈ ਵੀ ਵਿਜ਼ਟਰ ਵੀਜ਼ਾ ਅਪਲਾਈ ਨਾ ਕਰੋ, ਆਪਣੀ ਫਾਈਲ ਨੂੰ ਖਰਾਬ ਨਾ ਕਰੋ। 20 ਤੋਂ 27 ਤੱਕ ਆਪਣਾ ਵਰਕ ਪਰਮਿਟ ਅਪਲਾਈ ਕਰੋ, 100% ਸਕਸੈਸ ਮਿਲੂਗਾ। ਉੱਧਰ ਜਾ ਕੇ ਵੀ ਆਪਾਂ ਨੇ ਟੂਰਿਸਟ ਨੂੰ ਵਰਕ 'ਚ ਲੈਣਾ ਹੁੰਦਾ, ਸੋ ਇੱਧਰੋਂ ਹੀ ਲੈ ਕੇ ਜਾਓ। ਸੋ ਇਹ ਗੱਲ ਦਾ ਖਾਸ ਖਿਆਲ ਰੱਖੋ, ਆਪਣਾ ਪੈਸਾ, ਆਪਣੀ ਪ੍ਰੋਫਾਈਲ ਖਰਾਬ ਨਾ ਕਰੋ। ਸਾਡੇ ਆਫਿਸ ਆਓ ਅਤੇ ਆ ਕੇ ਆਪਣਾ ਵੀਜ਼ਾ ਲੈ ਕੇ ਜਾਓ। ਹੋਰ ਕੋਈ ਜਾਣਕਾਰੀ ਲੈਣੀ ਹੁੰਦੀ ਹੈ ਸਾਨੂੰ, ਤੁਸੀਂ ਨੀਚੇ ਦਿੱਤੇ ਨੰਬਰਾਂ 'ਤੇ ਸੰਪਰਕ ਕਰ ਸਕਦੇ। ਥੈਂਕ ਯੂ।